ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਗੋਦਰਪੁਰਾ ਵਿਖੇ ਸਿੱਖ ਪੰਥ ਦਾ ਜਿਹੜਾ ਮਹਾਨ ਘੱਲੂਘਾਰਾ ਮੈਂ ਕਹਿ ਲਵਾਂ ਨਨਕਾਣਾ ਸਾਹਿਬ ਦਾ ਸਾਕਾ, ਉਹ ਸਾਕੇ ਦੇ ਨਾਇਕ ਸਾਡੇ ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਧਾਰੋ ਵਾਲੀ ਔਰ ਜਿੰਨੇ ਵੀ ਉਹਨਾਂ ਨਾਲ ਸ਼ਹੀਦ ਹੋਏ ਉਹਨਾਂ ਦੇ ਸਮਰਪਿਤ ਅਤੇ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ 102 ਸਾਲਾ ਜਿਹੜਾ ਉਹਨਾਂ ਦੀ ਸ਼ਤਾਬਦੀ ਦੇ ਰੂਪ ਵਿੱਚ ਆਪਾਂ 21 'ਚ ਮਨਾਈ ਸੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਸਾਲ ਇਹ ਯਤਨ ਕੀਤਾ ਕਿ ਸ਼ਤਾਬਦੀ ਦੇ ਤੌਰ ਦੇ ਉੱਤੇ ਪਵਿੱਤਰ ਯਾਦ ਦੇ ਤੌਰ ਦੇ ਉੱਤੇ ਹਰ ਸਾਲ ਇਹ ਜਿਹੜੀ ਉਹਨਾਂ ਦੀ ਯਾਦ ਮਨਾਈ ਜਾਊਗੀ। ਸੋ ਅੱਜ ਬਹੁਤ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਸਾਡਾ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਅਤੇ ਹੋਰ ਸਾਰੇ ਇਲਾਕੇ ਦੇ ਸਾਰੇ ਪੁਰਸ਼ ਚੰਗੇ ਸੁਚੱਜੇ ਸਾਰੇ ਇੱਥੇ ਪਹੁੰਚੇ ਸੀ। ਸੋ ਇੱਥੇ ਅੱਜ ਸਾਡੇ ਮਾਝੇ ਜ਼ੋਨ ਦੇ 24 ਸਕੂਲ ਅਤੇ ਕਾਲਜ ਜਿਨ੍ਹਾਂ ਨੂੰ 1,13,53,000 ਰੁਪਈਆ ਅੰਮ੍ਰਿਤਧਾਰੀ ਬੱਚੇ ਜਿਹੜੇ 2233 ਬੱਚੇ ਉਹਨਾਂ ਨੂੰ ਉਹ ਸਕੋਲਰਸ਼ਿਪ ਵੀ ਅੱਜ ਦਿੱਤਾ ਗਿਆ। ਸੋ ਮੈਂ ਸਮੁੱਚੀ ਕੌਮ ਦੇ ਚਰਨਾਂ 'ਚ ਬੇਨਤੀ ਵੀ ਕਰਦਾ ਵੀ ਮਾਝੇ ਜ਼ੋਨ ਦੇ ਇਕੱਲੇ ਆ, ਹਾਲੇ ਦੁਆਬਾ ਜ਼ੋਨ ਅਤੇ ਮਾਲਵਾ ਜ਼ੋਨ ਦੇ ਵੱਖਰੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਅੰਮ੍ਰਿਤਧਾਰੀਆਂ ਨੂੰ ਇਨਸੈਂਟਿਵ ਆ, ਉਹ ਤੋਂ ਇਲਾਵਾ ਜਿਹੜੀ ਸਾਡੀ ਧਾਰਮਿਕ ਪ੍ਰੀਖਿਆ ਹੁੰਦੀ ਉਹ 'ਚ ਵੀ ਬੱਚਿਆਂ ਨੂੰ ਅਸੀਂ ਫੀਸਾਂ ਦਿੰਦੇ। ਉਹ ਤੋਂ ਇਲਾਵਾ ਕਈ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਫੀਸਾਂ ਮਾਫ਼ ਕਰਵਾ ਲੈਂਦੇ ਅਤੇ ਲਗਭਗ ਮੈਂ ਲਾਉਣਾ ਬਹੁਤ ਵੱਡਾ ਜਿਹੜਾ ਇਹ ਵਿਦਿਆਰਥੀਆਂ ਨੂੰ ਸਕੋਲਰਸ਼ਿਪ ਦੇ ਰੂਪ ਦੇ ਵਿੱਚ ਇਹ ਜਿਹੜਾ ਪੈਸਾ ਦਿੱਤਾ ਜਾਂਦਾ ਇਸ ਲਈ ਦਿੱਤਾ ਜਾਂਦਾ ਕਿ ਬੱਚਿਆਂ ਦੇ ਵਿੱਚ ਰੁਚੀ ਪਵੇ, ਪੰਜਾਂ ਕਕਾਰਾਂ ਦੇ ਧਾਰਨੀ ਹੋਣ, ਅੰਮ੍ਰਿਤਧਾਰੀ ਹੋਣ ਅਤੇ ਧਾਰਮਿਕ ਪ੍ਰਵਿਰਤੀ ਦੇ ਵਿੱਚ ਪਰਿਪੱਕਤਾ ਹੋਵੇ ਤਾਂ ਕਿ ਧਾਰਮਿਕ ਸਕੋਲਰਸ਼ਿਪ ਦੇ ਵਿੱਚ ਉਹ ਧਾਰਮਿਕ ਪ੍ਰੀਖਿਆ ਦੇ ਕੇ ਵੀ ਆਪਣੇ ਵਜ਼ੀਫੇ ਹਾਸਲ ਕਰ ਸਕਣ। ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਾ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਦਾ, ਨਾਲ ਦੀ ਨਾਲ ਜਿਹੜੇ ਬੱਚਿਆਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਨੂੰ ਅੱਜ ਆਪਾਂ ਇਹ ਸਕੋਲਰਸ਼ਿਪ ਦਿੱਤਾ ਉਹਨਾਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬਹੁਤ ਵਧਾਈ ਦਿੰਦਾ ਅਤੇ ਇਹ ਵੀ ਜੋਦੜੀ ਕਰਦਾ ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਗੁਰੂ ਸਾਹਿਬ ਆਪਣੇ ਦਰੋਂ ਘਰੋਂ ਅਸੀਸ ਬਖਸ਼ਿਸ਼ ਕਰਨ, ਪਵਿੱਤਰ ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।